ਭਗਤ ਸਿੰਘ ਦਾ ਫੈਨ ਕੌਣ ਕੌਣ ਹੈਗਾ? ਹੁਣ ਮੈਨੂੰ ਇੱਕ ਚੀਜ਼ ਦੱਸੋ, ਇਹ ਭਗਤ ਸਿੰਘ ਜੀ ਦਾ ਟੈਟੂ ਕੌਣ ਬਣਵਾਏਗਾ ਹੱਥ ਦੇ ਉੱਤੇ? ਆਇਆ ਮੇਰਾ ਭਰਾ, ਮੇਰੇ ਫੋਨ ਤੇ ਲੱਗਾ ਵਾ ਕੈਮਰੇ ਅੱਗੇ ਵਾਲਾ ਤੇ ਭਗਤ ਸਿੰਘ ਕੈਮਰੇ ਅੱਗੇ ਮੈਂ ਤਾਂ ਰਹਿੰਦਾ ਹੀ ਆ ਮੇਰਾ ਇੱਧਰ ਆ, ਗੱਲ ਤਾਂ ਸੁਣ, ਗਰਮ ਕੀ ਹੋ ਰਿਹਾ ਮੇਰਾ ਵੀਰ? ਤੇਰੇ ਨੇ ਪਿਆਰ ਨਾਲ ਗੱਲ ਕਰ ਰਿਹਾ, ਮੈਂ ਤਾਂ ਕੈਮਰੇ ਅੱਗੇ 24 ਘੰਟੇ ਰਹਿੰਦੇ। ਅੱਛਾ ਬੋਲੋ ਬੋਲੋ। ਹਾਂ, ਭਗਤ ਸਿੰਘ ਬਾਰੇ ਮੈਂ ਕਿਹਾ ਕੁਝ ਸੁਣਾਉਣਾ ਚਾਹੁੰਦੇ ਜੇ? ਅਸੀਂ ਭਰਾਵਾ ਭਗਤ ਸਿੰਘ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਉਹ ਕਹਿਣਾ ਨਹੀਂ ਚਾਹੁੰਦੇ, ਕੋਈ ਉਹਦੀ ਤਾਰੀਫ ਕੋਈ ਗੱਲ ਚੱਜ ਦੀ ਉਹਦੇ ਬਾਰੇ ਦੱਸਣਾ ਚਾਹੁੰਦੇ? ਦੇਸ਼ ਨੂੰ ਆਜ਼ਾਦੀ ਦਿੱਤੀ ਇੰਨੀ ਬੜੀ ਆ, ਉਹਦੇ ਨਾਂ ਤੇ ਜਕਾਰਾ ਲਾ ਨੇ, ਜਕਾਰਾ ਬਣਾਇਆ ਨਿਆਰੇ ਜਾਏ ਜਿੱਦਣ ਚਰੀਆ ਕਾਲ। ਪੁਰਾਤਨ ਸਮੇਂ ਤੋਂ ਕੁਝ ਜਿਹੜੀਆਂ ਤੁਸੀਂ ਕਹਿ ਲਓ ਕਿ ਚਲਦੀਆਂ ਆ ਰਹੀਆਂ ਨੇ ਕਹਾਣੀਆਂ ਕਿੱਸੇ, ਉਹਦੇ ਵਿੱਚ ਸਭ ਤੋਂ ਜਿਹੜੀ ਬੇਸ਼ੁਮਾਰ ਕਹਾਣੀ ਤੁਹਾਨੂੰ ਸੁਣਨ ਨੂੰ ਮਿਲੇਗੀ ਉਹ ਹਮੇਸ਼ਾ ਹੁੰਦੀ ਹੈ ਮਹਿੰਦੀ ਦੀ। ਮਹਿੰਦੀ ਦੀ ਲੋਕ ਆਪਣੇ ਹੱਥਾਂ ਦੇ ਉੱਤੇ ਮਹਿੰਦੀ ਬਣਵਾਉਂਦੇ ਨੇ, ਉਹ ਅਲੱਗ ਅਲੱਗ ਜਗ੍ਹਾ 'ਤੇ ਜਾਂਦੇ ਨੇ, ਮਹਿੰਦੀਆਂ ਦਾ ਸ਼ੌਂਕ ਕੁੜੀਆਂ ਨੂੰ ਤੁਸੀਂ ਦੇਖ ਸਕਦੇ ਹੋ ਹਮੇਸ਼ਾ ਹੁੰਦਾ। ਕਰਵਾ ਚੌਥ ਇੱਕ ਇਹੋ ਜਿਹਾ ਤਿਉਹਾਰ ਹੈਗਾ, ਉਸ ਤੋਂ ਇਲਾਵਾ ਹੁਣ ਮੇਰੇ ਨਾਲ ਇੱਥੇ ਸੁਨੀਤਾ ਦੇਵੀ ਜੀ ਖੜੀ ਹੋਈ ਨੇ, ਇਹ ਰਾਜਸਥਾਨ ਤੋਂ ਹੈ, ਇਹ ਇੱਕ ਟੈਂਪਰੇਰੀ ਜਿਹੜਾ ਇੱਕ ਸਾਂਚਾ ਹੁੰਦਾ, ਸਾਂਚਾ ਹੀ ਕਹਿੰਦੇ ਇਸਕੋ, ਇਹਦੇ ਨਾਲ ਕੀ ਹੁੰਦਾ ਕਿ ਇਹਨੂੰ ਕਲਰ ਦੇ ਵਿੱਚ ਡਬੋ ਕੇ, ਰੰਗ ਦੇ ਵਿੱਚ ਡਬੋ ਕੇ ਤੁਹਾਡੇ ਹੱਥ ਦੇ ਉੱਤੇ ਇਹਦੀ ਛਾਪ ਦਿੱਤੀ ਜਾਂਦੀ ਹੈ, ਇਹ ਇੱਕ ਤਰੀਕੇ ਦੀ ਮਹਿੰਦੀ ਹੁੰਦੀ ਹੈ। ਕਹਾਂ ਕੇ ਰਹਿਣੇ ਵਾਲੇ ਹੋ ਆਪ? ਰਾਜਸਥਾਨ। ਰਾਜਸਥਾਨ ਸੇ। ਔਰ ਯਹਾਂ ਪੇ ਕਿਆ ਕਰ ਰਹੇ ਹੋ ਹੋਲਾ ਮੁਹੱਲਾ ਮੇ? ਮਹਿੰਦੀ ਲਗਾ ਰਹੇ, ਬ੍ਰੇਸਲੇਟ ਬਣਾ ਰਹੇ, ਛੱਲੇ ਬਣਾ ਰਹੇ। ਅੱਛਾ, ਇਹ ਬ੍ਰੇਸਲੇਟ ਕੇ ਬਾਰੇ ਮੇ ਬਤਾਓ ਜਰਾ, ਉਠਾ ਕੇ ਕਿਆ ਖਾਸ ਹੈ ਇਸਕਾ? ਕਿਆ ਖਾਸ ਹੈ ਭਾਈ, ਇਹ ਧਾਗੇ ਮੇ ਬਣਾਤੇ ਹੈ ਯੇ। ਐਸਾ ਨਾਮ ਹੋਤਾ ਹੈ ਦੇਖ। ਇਹ ਇੱਕ ਬ੍ਰੈਸਲੇਟ ਹੈਗਾ, ਇਹਦੇ ਉੱਤੇ ਅਨਮੋਲ ਲਿਖਿਆ ਹੋਇਆ, ਅਮੋਲ ਲਿਖਿਆ ਹੋਇਆ। ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਖਾਸ ਬੰਦਾ ਹੈਗਾ ਜਿਸ ਦੇ ਨਾਲ ਤੁਸੀਂ ਸ਼ਿੱਦਤ ਦੇ ਨਾਲ ਪਿਆਰ ਕਰਦੇ ਹੋ, ਮੁਹੱਬਤ ਕਰਦੇ ਹੋ, ਅਤੇ ਉਹਦਾ ਨਾਮ ਤੁਸੀਂ ਹਰ ਵਕਤ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਇਹ ਇੱਕ ਜ਼ਰੀਆ ਹੈਗਾ, ਇੱਕ ਤਰੀਕਾ ਹੈਗਾ। ਸੁਨੀਤਾ ਦੇਵੀ ਜੀ ਦੇ ਸਟਾਲ 'ਤੇ ਆਓ ਅਤੇ ਇਹਨਾਂ ਕੋਲੋਂ ਇਹੋ ਜਿਹਾ ਇੱਕ ਬ੍ਰੈਸਲੇਟ ਤਿਆਰ ਕਰਵਾ ਲਓ ਕਿਸੇ ਵੀ ਨਾਮ ਦਾ। ਤੁਹਾਡੇ 'ਚੋਂ ਕਿਸੇ ਨੇ ਬਣਵਾਇਆ ਬ੍ਰੈਸਲੇਟ ਇੱਦਾਂ ਦਾ? ਕੋਈ ਹੈਗਾ ਇੱਦਾਂ ਦਾ ਬੰਦਾ ਹੈ ਯਾਰ? ਕੋਈ ਤੁਹਾਡੇ 'ਚੋਂ ਇਸ ਤਰ੍ਹਾਂ ਦੀ ਮਹਿੰਦੀ ਬਣਵਾਉਣਾ ਚਾਹੇਗਾ? ਹੱਥ 'ਤੇ ਪੈਸੇ ਮੈਂ ਦੇਵਾਂਗਾ। ਹੈ ਕੋਈ ਬਣਵਾਉਣਾ ਚਾਹੇਗਾ ਮਹਿੰਦੀ? ਹੈ ਬਾਬਾ ਜੀ, ਕਿਸ ਤਰ੍ਹਾਂ ਦੇ ਲੱਗਦੀਆਂ ਇਹੋ ਜਿਹੀਆਂ ਚੀਜ਼ਾਂ? ਸੋਹਣੀਆਂ, ਬੜੀ ਸੋਹਣੀ ਲੱਗ ਰਹੀ ਹੈ। ਉਧਰਲੇ ਪਾਸੇ ਮੁੰਡਾ ਟੈਟੂ ਬਣਵਾ ਰਿਹਾ ਸੀਗਾ, ਇੱਧਰ ਮਹਿੰਦੀਆਂ ਬਣ ਰਹੀਆਂ ਨੇ, ਕਲਰ ਛਾਪ ਦਿੰਦੇ ਨੇ ਹੱਥ ਦੇ ਉੱਤੇ ਇੱਕ। ਹਾਂਜੀ, ਤੁਸੀਂ ਕਰਵਾਇਆ ਕਦੀ ਆਪਣੀ ਜ਼ਿੰਦਗੀ ਦੇ ਵਿੱਚ ਮਹਿੰਦੀ ਲਾਈ? ਨਹੀਂ ਲਾਈ, ਹੁਣ ਲਾ ਲਵਾਂਗੇ ਕਦੇ। ਹਜੇ ਨਹੀਂ ਲਾਈ, ਹੁਣ ਲਾ ਲਵਾਂਗੇ। ਹੋਰ ਕੀ ਹੈ ਉਹ ਯਾਰ, ਤੁਸੀਂ ਨੌਜਵਾਨ ਖੂਨ ਹੈਗੇ ਹੋ, ਹੈ ਠੰਡੇ ਹੋ ਗਏ ਬੈਠੇ ਹੋ, ਕੋਈ ਬਣਵਾਉਣਾ ਚਾਹੇਗਾ? ਉਸਤਾਦ ਜੀ, ਤੁਹਾਡੇ ਤਾਂ ਹੱਥ 'ਚ ਟੈਟੂ ਵੀ ਹੈਗਾ, ਤੁਸੀਂ ਮੈਂ ਸਾਰਿਆਂ ਨੂੰ ਸੱਦਾ ਦਿੱਤਾ, ਮੈਂ ਕਿਹਾ ਜੇ ਤੁਸੀਂ ਛਪਵਾਉਣਾ ਚਾਹੋ ਮਹਿੰਦੀ ਤੇ ਮੈਂ ਪੇ ਕਰਾਂਗਾ, ਤੁਸੀਂ ਛਪਵਾ ਲਓ। ਕੋਈ ਹੈਗਾ ਚਾਵਣ? ਮੈਂ ਆ ਜਾਓ ਮੇਰਾ ਭਰਾ, ਮੈਂ ਛਪਵਾਉਣਾ, ਫਿਰ ਛਪਵਾਏਗਾ ਪੱਕਾ। ਅੱਛਾ, ਕਿਤਨੇ ਟਾਈਮ ਸੇ ਯਹਾਂ ਪੇ ਹੋ ਆਪ? ਕਿਤਨੇ ਵਕਤ ਸੇ ਯਹਾਂ ਪੇ ਹੋ? ਯਹਾਂ ਅਭੀ ਅਭੀ ਆਏ ਹੋ? ਅਭੀ ਅਭੀ ਆਏ, ਆਜ ਹੀ ਆਏ। ਆਜ ਆਏ ਹੋ, ਔਰ ਇਹ ਰਾਜਸਥਾਨ ਕੀ ਪਰੰਪਰਾ? ਵਹਾਂ ਪੇ ਜ਼ਿਆਦਾ ਚਲਤੀ ਹੈ? ਰਾਜਸਥਾਨ ਮੇਂ ਕੌਨ ਸੇ ਇਲਾਕੇ ਮੇਂ? ਇਧਰ ਕੋ ਸਵਾਈ ਮਾਧੋਪੁਰ। ਸਵਾਈ ਮਾਧੋਪੁਰ, ਆਪ ਇਧਰ ਆਓ, ਵੋ ਸ਼ਰਮਾ ਰਹੀ ਹੈ, ਆਪ ਜ਼ਿਆਦਾ ਬਾਤ ਕਰ ਸਕਤੇ ਹੋ, ਆਪ ਇਧਰ ਆ ਜਾਓ। ਬਤਾਓ ਥੋੜਾ ਇਸਕੇ ਬਾਰੇ ਮੇਂ, ਕਿਆ ਯੇ, ਕਹਾਂ ਸੇ ਸ਼ੁਰੂ ਹੋਤੀ ਹੈ ਚੀਜ਼, ਕਿਆ ਇਸਕਾ ਇਤਿਹਾਸ, ਕਿਆ ਯੇ ਮਹਿੰਦੀ ਹੈ? ਮਹਿੰਦੀ ਹੈ ਯੇ, ਰਾਜਸਥਾਨ ਮੇਂ ਮਹਿੰਦੀ ਲਗਾਤੇ ਹੈ, ਹਮ ਮੇਲੇ ਕਰਤੇ ਹੈ, ਮੇਲੋ ਮੇਂ ਮਹਿੰਦੀ ਲਗਾਤੇ ਹੈ, ਔਰ ਕਿਆ ਕਹਤੇ ਹੈ, ਯੇ ਲਕੜੀ ਕੇ ਛੱਲੇ ਹੈ, ਯੇ ਚਾਵੀ ਕੇ ਛੱਲੇ ਬਣਾਤੇ ਹੈ, ਨਾਮ ਲਗ ਕੇ ਦੇਤੇ ਹੈ, ਉਹ ਬ੍ਰੇਸਲੇਟ ਬਣਾਤੇ ਹੈ ਮੋਤੀ ਵਾਲਾ, ਉਹ 2 ਰੁਪਏ ਅਕਸਰ ਦੇਤੇ ਹੈ, 10 ਰੁਪਏ ਕੇ ਧਾਗੇ ਦੇਤੇ ਹੈ, ਮੇਲਾ ਕਰਤੇ ਰਹਤੇ ਹੈ। ਇੱਕ ਚੀਜ਼ ਬਤਾਓ, ਜੋ ਇਹ ਸਾਂਚਾ ਹੈ, ਇਹ ਸਾਂਚਾ ਕਹਾਂ ਪੇ ਤਿਆਰ ਹੋਤਾ ਹੈ? ਯੇ ਰਾਜਸਥਾਨ ਮੇਂ ਹੋਤਾ ਹੈ, ਜੈਪੁਰ ਮੇਂ ਹੋਤਾ ਹੈ। ਜੈਪੁਰ ਮੇਂ ਔਰ ਰਾਜਸਥਾਨ ਮੇਂ ਹੋਤਾ। ਇੱਥੇ ਫੈਨ, ਭਗਤ ਸਿੰਘ ਦਾ ਫੈਨ ਕੌਣ ਕੌਣ ਹੈਗਾ? ਹੱਥ ਜਰਾ ਉੱਚਾ ਕਰਕੇ ਲਲਕਾਰਾ ਲਾ ਦਿਓ। ਮੈਂ ਕੀ ਕਹਿੰਦਾ ਪਿਆ, ਭਗਤ ਸਿੰਘ ਦਾ ਫੈਨ ਕੌਣ ਕੌਣ ਹੈਗਾ? ਹੈ ਬਸ, ਇੱਕ ਬੰਦੇ ਨੇ 23 ਸਾਲ ਦੀ ਉਮਰ ਦੇ ਵਿੱਚ ਆਪਣੀ ਜਾਨ ਦੇ ਦਿੱਤੀ ਤੇ ਇੰਨਾ ਹਲਕਾ ਲਲਕਾਰਾ, ਕੌਣ ਹੈਗਾ? ਪਰ ਇਹ ਹੋਈ ਨਾ ਗੱਲ, ਇਹ ਆਵਾਜ਼ ਪਹੁੰਚੀ ਹੋਏਗੀ ਭਗਤ ਸਿੰਘ ਦੇ ਕੋਲ। ਹੁਣ ਮੈਨੂੰ ਇੱਕ ਚੀਜ਼ ਦੱਸੋ, ਇਹ ਭਗਤ ਸਿੰਘ ਜੀ ਦਾ ਟੈਟੂ ਕੌਣ ਬਣਵਾਏਗਾ ਹੱਥ ਦੇ ਉੱਤੇ? ਆਇਆ ਮੇਰਾ ਭਰਾ,
ਇਹ ਹੁੰਦੀ ਹੈ ਗੱਲ। ਇਹ ਗਿਣ ਕੇ ਹੱਥ ਪੇ ਲਗਾਓ ਜ਼ਰਾ। ਉਹ ਬੰਦੇ ਦੀ ਆਵਾਜ਼ ਚ ਜੋਸ਼ ਬੜਾ ਸੀਗਾ ਯਾਰ। ਅੱਛਾ ਭਗਤ ਸਿੰਘ ਦੀ ਗੱਲ ਹੋ ਰਹੀ ਹੈ ਇੱਥੇ, ਕੋਈ ਭਗਤ ਸਿੰਘ ਨੂੰ ਲੈ ਕੇ ਕੋਈ ਸ਼ਾਇਰੀ ਕਹਿਣਾ ਚਾਹੁੰਦਾ, ਕੋਈ ਗਾਣਾ ਸੁਣਾਉਣਾ ਚਾਹੁੰਦਾ, ਕਿਸੇ ਨੂੰ ਆਂਦਾ? ਇੱਕ ਬੰਦੇ ਨੇ 23 ਸਾਲ ਦੀ ਉਮਰ ਦੇ ਵਿੱਚ ਆਪਣੀ ਜਾਨ ਦੇ ਦਿੱਤੀ ਭਗਤ ਸਿੰਘ ਨੇ, ਬਾਈ ਜੀ ਹੋਰੀ ਉਹਦਾ ਇੱਕ ਮਹਿੰਦੀ ਦੀ ਛਾਪ ਲੈ ਰਹੇ ਨੇ ਆਪਣੇ ਹੱਥ ਦੇ ਉੱਤੇ। ਕੋਈ ਭਗਤ ਸਿੰਘ ਬਾਰੇ ਕੁਝ ਕਹਿਣਾ ਚਾਹੇ, ਕੋਈ ਗੱਲ ਕਰਨਾ ਚਾਹੇ? ਉਹ ਯਾਰ ਤੁਸੀਂ ਨੌਜਵਾਨ ਪੀੜ੍ਹੀ ਹੋ, ਭਗਤ ਸਿੰਘ ਦੇ ਫੈਨ ਹੋ, ਮੈਂ ਵੀ ਫੈਨ ਹਾਂ ਭਗਤ ਸਿੰਘ ਦਾ, ਕੋਈ ਕੋਈ ਇੱਕ ਆਓ ਆਓ ਦੱਸੋ ਕੀ ਕਹੋਗੇ? ਕੈਮਰਾ ਥੋੜ੍ਹਾ ਇੱਧਰ ਕਰੋ। ਮੈਂ ਇਹ ਕਹਿਣਾ ਚਾਹੁੰਦਾ ਵਾਂ, ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜਿੱਥੇ ਫੋਟੋ ਨੋਟਾਂ ਦੇ ਉੱਤੇ ਹੋਰ ਮੰਤਰੀਆਂ ਦੀ ਆਉਂਦੀ ਹੈ, ਉੱਥੇ ਭਗਤ ਸਿੰਘ ਦੀ ਫੋਟੋ ਆਉਣੀ ਚਾਹੀਦੀ ਹੈ। ਨੋਟਾਂ ਦੇ ਉੱਤੇ ਫੋਟੋ ਭਗਤ ਸਿੰਘ ਦੀ ਲੱਗਣੀ ਚਾਹੀਦੀ ਹੈ, ਜਿਹਨੇ ਦੇਸ਼ ਵਾਸਤੇ ਆਜ਼ਾਦੀ ਕੀਤੀ ਹੈ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਅੰਗਰੇਜ਼ ਸਿੰਘ ਜੀ। ਅੰਗਰੇਜ਼ ਸਿੰਘ ਜੀ ਕਹਿ ਰਹੇ ਨੇ ਕਿ ਨੋਟਾਂ ਦੇ ਉੱਤੇ ਫੋਟੋ ਭਗਤ ਸਿੰਘ ਦੀ ਹੋਣੀ ਚਾਹੀਦੀ ਹੈ। ਕੌਣ ਕੌਣ ਇਸ ਗੱਲ ਦੇ ਨਾਲ ਇਤਫਾਕ ਰੱਖਦਾ? ਏਦਾਂ ਦੀ ਵਜ੍ਹਾ ਕੀ ਹੈ, ਕਾਰਨ ਕੀ ਹੈ? ਕਾਰਨ ਕੀ ਇਹਨਾਂ ਦੇਸ਼ ਵਾਸਤੇ ਸਭ ਕੁਝ ਕੀਤਾ, ਦੇਸ਼ ਨੂੰ ਆਜ਼ਾਦ ਕਰਵਾਇਆ। ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ ਲਗਭਗ 48 ਸਾਲ ਹੋ ਚੁੱਕੀ ਹੈ। ਇਹ 48 ਸਾਲ ਦੇ ਨੇ ਤੇ ਤੁਸੀਂ ਨੌਜਵਾਨ ਮੁੰਡੇ, ਮੈਨੂੰ ਲੱਗਦਾ 24-25 ਸਾਲਾਂ ਦੇ। ਇਹਨਾਂ ਨੇ ਭਗਤ ਸਿੰਘ ਬਾਰੇ ਇੱਕ ਬੜੀ ਖਾਸ ਗੱਲ ਕਹੀ ਹੈ ਕਿ ਨੋਟਾਂ ਦੇ ਉੱਤੇ ਫੋਟੋ ਉਹਨਾਂ ਦੀ ਛਪਣੀ ਚਾਹੀਦੀ ਹੈ। ਮੈਂ ਤੁਹਾਡੇ ਕੋਲੋਂ ਫਿਰ ਪੁੱਛਾਂਗਾ ਕਿ ਕੋਈ ਭਗਤ ਸਿੰਘ ਬਾਰੇ ਕੁਝ ਕਹਿਣਾ ਚਾਹੁੰਦਾ, ਕੋਈ ਸੁਣਾਉਣਾ ਚਾਹੁੰਦਾ, ਕੋਈ ਗਾਣਾ, ਕੋਈ ਸ਼ਾਇਰੀ, ਕੁਝ ਵੀ? ਇਹਨਾਂ ਨੇ ਦਲੇਰੀ ਕੀਤੀ ਹੈ ਹੈ? ਕੈਮਰੇ ਅੱਗੇ ਆਣਾ, ਮੈਂ ਫੋਨ ਤੇ ਲੱਗਾ ਵਾ। ਕੈਮਰੇ ਅੱਗੇ ਆਣਾ ਤੇ ਭਗਤ ਸਿੰਘ ਕੈਮਰੇ ਅੱਗੇ, ਮੈਂ ਤਾਂ ਰਹਿਣਾ ਹੀ ਆ ਮੇਰਾ। ਇੱਧਰ ਆ, ਗੱਲ ਤਾਂ ਸੁਣ, ਗਰਮ ਕਿਉਂ ਹੋ ਰਿਹਾ ਮੇਰਾ ਵੀਰ? ਤੇਰੇ ਨਾਲ ਪਿਆਰ ਨਾਲ ਗੱਲ ਕਰ ਰਿਹਾ, ਮੈਂ ਤਾਂ ਕੈਮਰੇ ਅੱਗੇ 24 ਘੰਟੇ ਰਹਿੰਦੇ। ਅੱਛਾ ਬੋਲੋ ਬੋਲੋ। ਹਾਂ ਭਗਤ ਸਿੰਘ ਬਾਰੇ ਮੈਂ ਕਿਹਾ ਕੁਝ ਸੁਣਾਉਣਾ ਚਾਹੁੰਦੇ ਜੇ? ਅਸੀਂ ਭਰਾਵਾ ਭਗਤ ਸਿੰਘ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਉਹ ਕਹਿਣਾ ਨਹੀਂ ਚਾਹੁੰਦੇ, ਕੋਈ ਉਹਦੀ ਤਾਰੀਫ, ਕੋਈ ਗੱਲ ਚੱਜ ਦੀ ਉਹਦੇ ਬਾਰੇ ਦੱਸਣਾ ਚਾਹੁੰਦੇ? ਦੇਸ਼ ਨੂੰ ਆਜ਼ਾਦੀ ਦਿੱਤੀ ਇੰਨੀ ਬੜੀ ਆ, ਉਹਦੇ ਨਾਂ ਤੇ ਜਕਾਰਾ ਲਾਇਆ ਨੇ, ਜਕਾਰਾ ਬਣਾਇਆ ਨਿਆਰੇ ਜਾਏ ਜਿੱਦਣ ਗਾਣ। ਇਹ ਨੌਜਵਾਨ ਪੀੜ੍ਹੀ ਹੈ, ਇਹ ਨੌਜਵਾਨ ਪੀੜ੍ਹੀ ਹੈ ਜਿਹੜੀ ਕਦੀ ਕਦੀ ਗਰਮ ਵੀ ਹੋ ਜਾਂਦੀ ਜਦੋਂ ਇਹਨਾਂ ਨਾਲ ਪਿਆਰ ਨਾਲ ਗੱਲ ਕਰੋ, ਤੇ ਇਹ ਫਿਰ ਮੱਖਣ ਦੀ ਤਰ੍ਹਾਂ ਪਿਘਲ ਵੀ ਜਾਂਦੇ ਨੇ। ਸਹੀ ਕਹਿ ਰਿਹਾ? ਨਾਮ ਕੀ ਆਪਣਾ? ਗੁਰਜੈਨ ਸਿੰਘ। ਇੱਥੇ ਹੋਲੇ ਮਹੱਲੇ ਤੇ ਆਏ ਹੋ? ਹਾਂਜੀ। ਠੀਕ ਹੈ, ਮਾਹੌਲ ਵਧੀਆ ਲੱਗ ਰਿਹਾ? ਓਕੇ ਠੀਕ ਹੈ। ਇਸ ਤਰ੍ਹਾਂ ਦੇ ਰੰਗ ਨੇ, ਰੰਗ ਬਿਰੰਗੇ ਲੋਕ ਨੇ, ਪੰਜਾਬੀਆਂ ਦੀ ਹਮੇਸ਼ਾ ਗੱਲ ਵੱਖਰੀ ਹੀ ਰਹਿੰਦੀ ਹੈ। ਭਗਤ ਸਿੰਘ ਹੋਰਾਂ ਦਾ ਉਹਨਾਂ ਨੇ ਆਪਣੇ ਡੋਲਿਆਂ ਦੇ ਉੱਤੇ ਇੱਕ ਮਹਿੰਦੀ ਦਾ ਜਿਹੜਾ ਤੁਸੀਂ ਕਹਿ ਲਓ ਕਿ ਛਾਪ ਛਪਵਾਈ ਹੈ। ਇੱਦਾਂ ਦੇ ਹੋਰ ਰੰਗ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ, ਪਰ ਫਿਲਹਾਲ ਪਰੇ ਭਾਈ ਸਾਹਿਬ ਨੂੰ ਦੇਖ ਕੇ ਮੇਰਾ ਦਿਲ ਨਹੀਂ ਕਰ ਰਿਹਾ ਕਿ ਮੈਂ ਹੱਲੇ ਜਾਵਾਂ। ਤੁਹਾਡਾ ਨਾਮ ਕੀ ਹੈ? ਮਨਦੀਪ ਸਿੰਘ ਜੀ। ਕੀ ਕਰਦੇ ਹੋ ਤੁਸੀਂ? ਮੈਂ ਬੈਂਡ ਦਾ ਕੰਮ ਕਰਦਾ ਜੀ, ਵਿਆਹ ਸ਼ਾਦੀਆਂ 'ਚ। ਵਿਆਹ? ਫਿਰ ਤਾਂ ਤੁਹਾਨੂੰ ਯਾਰ ਗਾਣੇ ਗੁਣੇ ਆਉਂਦੇ ਹੋਣੇ ਆ। ਨਹੀਂ ਗਾਣੇ ਨਹੀਂ ਆਉਂਦੇ, ਵਿਆਹ ਸ਼ਾਦੀਆਂ 'ਚ ਬੈਂਡ ਦਾ ਕੰਮ ਕਰਦਾ ਜੀ। ਅੱਛਾ ਜੀ, ਬੈਂਡ ਬੂੰਡ ਕਿੱਥੇ ਤੁਹਾਡਾ? ਬੈਂਡ ਹਲਵਾਰੇ ਆ ਜੀ। ਮੈਂ ਲੈ ਕੇ ਆਉਣਾ ਸੀ ਯਾਰ, ਰੰਗ ਬੰਦਾ ਮਾਹੌਲ ਬੰਦਾ ਇੱਥੇ। ਨਹੀਂ ਜੀ ਨਹੀਂ। ਖੈਰ ਇੱਦਾਂ ਦੇ ਰੰਗ ਮੈਂ ਦੁਬਾਰਾ ਕਹਿ ਰਿਹਾ ਕਿ ਇੱਥੇ ਪੂਰੀ ਸਫ਼ਰ ਦੌਰਾਨ ਸਾਨੂੰ ਦੇਖਣ ਨੂੰ ਮਿਲਣਗੇ ਹੋਲੇ ਮੁਹੱਲੇ 'ਤੇ, ਅਤੇ ਇਹੀ ਰੰਗ ਤੁਹਾਨੂੰ ਦਿਖਾਵਾਂਗੇ ਬਾਰ ਬਾਰ ਲਗਾਤਾਰ। ਪਰ ਫਿਲਹਾਲ ਆਪਣੇ ਮੇਜ਼ਬਾਨ ਲੰਕੇਸ਼ ਤਰੀਖਾ ਨੂੰ ਦਵੋ ਇਜਾਜ਼ਤ, ਕੈਮਰਾ ਪਰਸਨ ਰਾਜੇਸ਼ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਦੇ ਲਈ। ਕੀ ਤੁਸੀਂ 12ਵੀਂ 2015, 2016 ਜਾਂ 2017 'ਚ ਪਾਸ ਕੀਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਅਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ? ਹੁਣੇ ਫੋਨ ਚੱਕੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ